कोरोना वायरस ने पहला ही खस्ता हाल पंजाब दी आर्थिकਤਾ ਨੂੰ ਵੱਡੀ ਸੱਟ ਮਾਰੀ ਹੈ ਪੰਜਾਬ ਦੇ ਆਰਥਿਕ ਮਾਹਿਰਾਂ ਮੁਤਾਬਕ ਕੋਰੋਨਾ ਵਾਇਰਸ ਕਾਰਨ ਲਾਇਆ ਕਰਫਿਊ ਦੇ ਚੱਲਦਿਆਂ ਕਾਰੋਬਾਰ ਬੰਦ ਹੋਣ ਕਾਰਨ ਪੰਜਾਬ ਦੀ ਆਰਥਿਕ ਗੱਡੀ ਵੀ ਪਟੜੀ ਤੋਂ ਉਤਰ ਚੁੱਕੀ ਹੈ ਕਰਫਿਊ ਸਮੱਸਿਆ ਦਾ ਹੱਲ ਨਹੀਂ ਬਲਕਿ ਹੱਲ ਵਾਸਤੇ ਸਮਾਂ ਲੈਣ ਦਾ ਸਾਧਨ ਹੈ ਇਸ ਵਾਸਤੇ ਸਿਹਤ ਦੇ ਪੱਖ ਤੋਂ ਵੱਤਵੱਦ ਟੈਸਟਿੰਗ ਕਰਨੀ ਅਤੇ ਆਰਥਿਕ ਖੇਤਰ ਖਾਸ ਤੌਰ ਤੇ ਪ੍ਰਧਾਨ ਮੰਤਰੀ ਵੱਲੋਂ ਐਲਾਨੇ ਦਿਖਾ ਨਿਰਦੇਸ਼ਾਂ ਅਨੁਸਾਰ ਪਿੰਡੂ ਅਰਥਚਾਰੇ ਨੂੰ ਮੁੜ ਸਰਗਰਮ ਕਰਨ ਲਈ ਸੂਬਾ ਸਰਕਾਰਾਂ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ ਪੰਜਾਬ ਸਰਕਾਰ ਦਾ ਬਾਬਾ ਆਦਮ ਨਰਾਲਾ ਹੈ ਕਿਉਂਕਿ ਕਣਕ ਦੀ ਖਰੀਦ ਮਾਮਲੇ ਵਿੱਚ ਬਣਾਈ ਜਾਣ ਵਾਲੀ ਯੋਜਨਾਬੰਦੀ ਵਿੱਚ ਕਿਸਾਨ ਅਤੇ ਖੇਤੀ ਕਾਮੇ ਕਮਿਸ਼ਨ ਦਾ ਕੋਈ ਵੀ ਮੈਂਬਰ ਲੈਣਾ ਜ਼ਰੂਰੀ ਨਹੀਂ ਸਮਝਿਆ ਪੰਜਾਬ ਦੇ ਕਿਸਾਨ ਅਤੇ ਖੇਤੀ ਕਾਮੇ ਕਮਿਸ਼ਨ ਦੇ ਚੇਅਰਮੈਨ ਅਜੀਤ ਵੀਰ ਜਾਖੜ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੈੰਡੂ ਅਰਥਚਾਰੇ ਨੂੰ ਪਟੜੀ ਉੱਤੇ ਲਿਆਉਣ ਲਈ ਘੱਟੋ-ਘੱਟ 1 ਸਾਲ ਵਾਸਤੇ ਹੀ ਸਹੀ ਕਣਕ ਦੀ ਸੰਭਾਲ ਸਬਜ਼ੀਆਂ ਅਤੇ ਅੱਗੇ ਝੋਨੇ ਦੀ ਲਵਾਈ ਨੂੰ ਮਨਰੇਗਾ ਦੇ ਦਾਇਰੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਮਨਰੇਗਾ ਤਹਿਤ 100 ਦਿਨ ਦੇ ਕੰਮ ਨੂੰ ਤੰਦੇਹੀ ਪੂਰਾ ਕਰਵਾਉਣਾ ਚਾਹੀਦਾ ਹੈ ਇਸ ਤੋਂ ਇਲਾਵਾ ਪੰਜਾਬ ਦੀਆਂ ਸਿਆਸੀ ਪਾਰਟੀਆਂ ਅਤੇ ਜਥੇਬੰਦੀਆਂ ਦਾ ਸਹਿਯੋਗ ਲੈ ਕੇ ਉਹ ਸਾਰੀ ਮਜ਼ਦੂਰਾਂ ਦੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾ ਕੇ ਉਹਨਾਂ ਨੂੰ ਸਾਰੀ ਮਜ਼ਦੂਰ ਕਲਿਆਣ ਫੰਡ ਵਿੱਚੋਂ ਪੈਸਾ ਦੇਣਾ ਚਾਹੀਦਾ ਹੈ ਤਿੰਨ ਪ੍ਰਧਾਨ ਮੰਤਰੀਆਂ ਦੀ ਆਰਥਿਕ ਸਲਾਹਕਾਰ ਕਮੇਟੀ ਦੇ ਮੈਂਬਰ ਰਹੇ ਡਾਕਟਰ ਸਰਦਾਰਾ ਸਿੰਘ ਜੌਹਲ ਨੇ ਕਿਹਾ ਕਿ ਮੌਸਮ ਦਾ ਖੇਤੀ ਨਾਲ ਨੇੜਲਾ ਸਬੰਧ ਹੈ ਇਸ ਲਈ ਕੋਈ ਵੀ ਕਿਸਾਨ ਲੰਬਾ ਸਮਾਂ ਫਸਲ ਖੜੀ ਰੱਖਣ ਦਾ ਜੋਖਮ ਨਹੀਂ ਚੁੱਕ ਸਕਦਾ ਬਹੁਤ ਸਾਰੇ ਕਿਸਾਨਾਂ ਕੋਲ ਕਣਕ ਰੱਖਣ ਦੀ ਥਾਂ ਨਹੀਂ ਖਾਸ ਪ੍ਰਣਾਲੀ ਨਾਲ ਸਰਕਾਰ ਨੇ ਗਿੱਲਾ ਪੀਣਾ ਪਾ ਲਿਆ ਹੈ ਸਧਾਰਨ ਤਰੀਕੇ ਨਾਲ ਕਣਕ ਮੰਡੀਆਂ ਵਿੱਚ ਆਉਣ ਦਿੰਦੇ ਅਤੇ ਉੱਥੇ ਹੀ ਸਰੀਰਕ ਦੂਰੀ ਬਣਾਉਣ ਦਾ ਪ੍ਰਬੰਧ ਕਰਦੇ ਸੈਂਟਰ ਫਾਰ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ ਨਾਲ ਜੁੜੇ ਅਰਥਸ਼ਾਸਤਰੀ ਸੁੱਚਾ ਸਿੰਘ ਗਿੱਲ ਨੇ ਕਿਹਾ ਕਿ ਪੇਂਡੂ ਖੇਤਰਾਂ ਦੀਆਂ ਗਤੀਵਿਧੀਆਂ ਨੂੰ ਇਜਾਜ਼ਤ ਦੇਣੀ ਪੈਣੀ ਹੈ ਕਿਉਂਕਿ ਸਿਸਟਮ ਦੀ ਸਮਰੱਥਾ ਹੀ ਨਹੀਂ ਕਿ ਉਹ ਲੰਬਾ ਸਮਾਂ ਗਰੀਬਾਂ ਨੂੰ ਖੁਰਾਕ ਮਹੱਈਆ ਕਰਵਾ ਸਕੇ ਜਿੰਨਾ ਚਿਰ ਪੇਂਡੂ ਅਰਥਚਾਰੇ ਦਾ ਕੰਮ ਬੰਦ ਰਹੇਗਾ ਉਨੀ ਹੀ ਮੁਸ਼ਕਲ ਹੁੰਦੀ ਜਾਵੇਗੀ ਕਿਸਾਨਾਂ ਕੋਲ ਨਕਦੀ ਦੀ ਸਮੱਸਿਆ ਹੈ ਇਸ ਲਈ ਬੈਂਕਾਂ ਨੂੰ ਕਹਿਣਾ ਚਾਹੀਦਾ ਹੈ ਕਿ ਉਹ ਕਿਸਾਨ ਕ੍ਰੈਡਿਟ ਆੜ ਉਤੇ ਕਿਸਾਨਾਂ ਨੂੰ ਪੈਸਾ ਮੁਹੱਈਆ ਕਰਵਾਉਣਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਰਥ ਵਿਗਿਆਨ ਦੇ ਸਾਬਕਾ ਪ੍ਰੋਫੈਸਰ ਗਿਆਨ ਸਿੰਘ ਨੇ ਕਿਹਾ ਕਿ ਸਿਮਾਂਤ ਕਿਸਾਨ ਬੇਜਬੀ ਨੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਆਰਥਿਕ ਪੈਕੇਜ ਦੇਣ ਤੋਂ ਬਿਨਾਂ ਪਿੰਡੂ ਅਰਥਚਾਰਾ ਆਪਣੇ ਪੈਰਾਂ ਤੇ ਖੜਾ ਨਹੀਂ ਹੋ ਸਕਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਰਥ ਸ਼ਾਸਤਰ ਵਿਭਾਗ ਦੇ ਸਾਬਕਾ ਪ੍ਰੋਫੈਸਰ ਰਣਜੀਤ ਸਿੰਘ ਘੁੰਮਣ ਨੇ ਕਿਹਾ ਕਿ ਸਧਾਰਨ ਹਾਲਾਤ ਵਿੱਚ ਵੀ ਕਾਰਪੋਰੇਟ ਵਿਕਾਸ ਮਾਡਲ ਦੇ ਧਾਰਨੀ ਲੋਕਾਂ ਦੀਆਂ ਸਮਾਜਿਕ ਅਤੇ ਆਰਥਿਕ ਲੋੜਾਂ ਵੱਲ ਧਿਆਨ ਨਹੀਂ ਦਿੰਦੇ ਇਸ ਸੰਕਟ ਸਮੇਂ ਤੱਕ ਕੀ ਦੇਣਾ ਹੈ ਲੋਕਾਂ ਖਾਸ ਤੌਰ ਤੇ ਮਜ਼ਦੂਰ ਵਰਗ ਦੀ ਰੋਜੀ ਰੋਟੀ ਪੜ੍ਹਾਈ ਸਿਹਤ ਸਹੂਲਤਾਂ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਸਰਕਾਰ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ ਤਾਂ ਜੋ ਇਸ ਵਿਪਤਾ ਦੀ ਕੜੀ ਚੋਂ ਨਿਕਲਿਆ ਜਾ ਸਕੇ ਇਸ ਆਰਥਿਕ ਸੰਕਟ ਦੇ ਨਾਲ ਨਜਿੱਠਿਆ ਜਾ ਸਕੇ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ